ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਹੈ ਤੁਹਾਡਾ ਸਭ ਦਾ ਸਤਲੁਜ ਆਨਲਾਈਨ ਕਲਾਸਿਸ ਦੇ YouTube ਪਲੇਟਫਾਰਮ ਤੇ ETD 643522 ਚੋਂ ਦੀ ਗੱਲ ਕਰਾਂਗੇ ਜੋ ਵੀ ਅਪਡੇਟ ਹੈ ਤੁਹਾਨੂੰ ਸਾਂਝੀ ਕਰਾਂਗੇ ਤਾਂ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਤੇ ਪੂਰਾ ਵੇਖਣਾ ਤਾਂ ਕਿ ਹਰ ਇੱਕ ਇਨਫੋਰਮੇਸ਼ਨ ਤੁਹਾਨੂੰ ਮਿਲ ਸਕੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਅੱਗੇ ਵੀ ਆਉਣ ਵਾਲੀ ਹਰ ਇੱਕ ਅਪਡੇਟ ਤੁਹਾਨੂੰ ਮਿਲਦੀ ਰਹੇ ਤਾਂ ਦੋਸਤੋ ETD ਕਾਡਰ ਦੇ ਹਰ ਇੱਕ ਸਾਥੀ ਲਗਾਤਾਰ ਵੇਟ ਕਰਿਆ ਸੀ 2 ਮਈ ਦਾ ਕਿਉਂਕਿ 2 ਮਈ ਨੂੰ ਹੀ ਅੱਜ ਦੇ ਦਿਨ ਆਪਣੇ हाई कोर्ट ਜਿਹੜਾ ਹੈ ਫੈਸਲਾ ਆਣਾ ਹੈ ਸੁਣਵਾਈ ਹੋਣੀ ਹੈ 836635 ਵਾਲੇ ਮੇਨ ਕੇਸ ਦੀ ਤੇ ਪੂਰੀ ਉਮੀਦ ਹੈ ਹਰੇ ਕੈਂਡੀਡੇਟ ਇਹ ਆਸ ਲਗਾਏ ਬੈਠਾ ਹੈ ਕਿ ਜਿਹੜੀ ਸਟੇ ਹੈ ਉਹ 2 ਮਹੀਨ ਨੂੰ ਬ੍ਰੇਕ ਹੋਵੇਗੀ ਤੇ ਜੋ ਭਰਤੀ ਹੈ 8TT ਦੀ ਉਹ ਨਰੋਲ 8TT ਪੂਰੀ ਕੀਤੀ ਜਾਵੇਗੀ 635 ਭਰਤੀ ਜੋ ਸਿਲੇਕਟਡ ਕੈਂਡੀਡੇਟਸ ਨੇ ਕਿਉਂਕਿ ਇਸ ਵਾਰ ਜੋ ਆਪਣੀ ਸੁਣਵਾਈ ਹੋਣ ਜਾ ਰਹੀ ਹੈ 2 ਮਹੀਨ ਨੂੰ ਆਸ ਦੇ ਦਿਨ ਹੀ ਤਾਂ ਇਹਦੇ ਅੰਦਰ ਜੋ ਰਾਜਸਥਾਨ ਦੀ BSTC ਯੂਨੀਅਨ ਹੈ ਜੋ ਰਾਜਸਥਾਨ ਸਿੰਗਰ ਸਮਿਤੀ ਹੈ ਉਹਦੇ ਵੱਲੋਂ ਪੂਰੀ ਸਪੋਰਟ ਕੀਤੀ ਜਾਏਗੀ ETT ਯੂਨੀਅਨ ਨੂੰ ETT ਕੈਡਰ ਨੂੰ ਤਾਂ ਕਿ ਜਿਹੜੀ ਸਟੇ ਹੈ ਉਹ ਬ੍ਰੇਕ ਹੋ ਸਕੇ ਤਾਂ ਜਿਵੇਂ ਤੁਹਾਨੂੰ ਪਤਾ ਹੈ ਕਿ ਰਾਜਸਥਾਨ ਦੇ ਅੰਦਰ ਵੀ ਜੋ ਰਾਜਸਥਾਨ ਯੂਨੀਅਨ ਹੈ ਉਨੇ ਸੁਪਰੀਮ ਕੋਰਟ ਦੇ ਅੰਦਰ ਵੀਰ ਨੂੰ ਸਟੇ ਨਹੀਂ ਲੈਣ ਦਿੱਤੀ ਤੇ ਜੋ ਭਰਤੀ ਹੈ Rajasthan ਦੀ BSTC ਦੀ ਉਹ ਹੁਣ ਕੰਪਲੀਟ ਹੋਣ ਜਾ ਰਹੀ ਹੈ ਆਉਣ ਵਾਲੀ 30 ਮਈ ਨੂੰ ਜਿਹੜੀ ਹੈ ਆਪਣੇ SK ਮੈਨ ਨੇ ਹੀ ਜਿਹੜੀ ਹੈ ਭਰਤੀ ਕੰਪਲੀਟ ਹੋ ਜਾਏਗੀ Rajasthan ਦੀ BSTC ਦੀ ਤੇ ਪੂਰੀ ਉਮੀਦ ਕਰਦੇ ਹਾਂ ਕਿ ਅੱਜ ਆਪਣੀ ਜਿਹੜੀ ਸਟੇ ਹੈ ਬ੍ਰੇਕ ਹੋਵੇਗੀ ਤਾਂ ਤੁਹਾਨੂੰ ਮੈਂ ਦੱਸ ਦਵਾਂ ਤੁਸੀਂ ਸਪੇਨ ਤੇ ਵੇਖ ਰਹੇ ਹੋ ਕਿ ਇੱਥੇ ਜੋ ਡੇਟ ਹੈ ਉਹ ਨੋਟ ਅਵੇਲੇਬਲ ਦਿਖਾ ਰਿਹਾ ਕਿਉਂਕਿ ਅੱਜ ਆਪਣੀ ਜੋ ਹੈ ਸੁਣਵਾਈ ਹੋਵੇਗੀ ਤੇ ਜੋ ਕੋਰਟ ਨੰਬਰ ਹੈ ਦੋਸਤੋ ਤੁਸੀਂ ਕੋਰਟ ਨੰਬਰ ਨੋਟ ਕਰ ਲੈਣਾ ਹੈ ਕੋਰਟ ਨੰਬਰ 5 ਤੇ ਆਪਣੀ ਸੁਣਵਾਈ ਹੋਏਗੀ ਤੇ ਜੋ ਕੇਸ ਨੰਬਰ ਹੈ ਸੀਰੀਅਲ ਨੰਬਰ ਹੈ ਉਹ ਹੈ 235 ਜਿਸ ਤਰ੍ਹਾਂ ਇਹ ਡਿਸਪਲੇ ਬੋਰਡ ਓਨ ਹੋਏਗਾ ਮੈਂ ਹਰ ਇੱਕ ਅਪਡੇਟ ਲੈਂਦਾ ਰਵਾਂਗਾ ਤੇ ਥੋੜੇ ਥੋੜੇ ਤੱਕ ਸ਼ੇਅਰ ਕਰਦਾ ਰਾਵਾਂਗਾ ਤਾਂ ਹਰ ਇੱਕ ਅਪਡੇਟ ਲੈਣ ਲਈ ਕਿ ਆਪਣੀ 635% ਕੀ ਰਿਜ਼ਲਟ ਆੰਦ ਹੈ ਕਿ ਸਿੱਟਾ ਨਿਕਲਦਾ ਹੈ ਥੋੜੇ ਵਾਸਤੇ ਜੋ ਹਰ ਇੱਕ ਅਪਡੇਟ ਲੈ ਕੇ ਆਂਦੇ ਰਾਵਾਂਗੇ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਦਬ ਮਿਲਦੀ ਰਹੀ ਥੈਂਕ ਯੂ